ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਫਸਲ ਦੀ ਬਿਜਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ ਪੱਧਰ ਤੇ ਅਗੇਤਰੀ ਹੀ ਤਿਆਰੀ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸੀਡ ਕਾਰਪੋਰੇਸ਼ਨ ਦੇ ਚੇਅਰਮੈਨ ਜੁਗਲ ਕਿਸ਼ੋਰ ਨੇ ਬਟਾਲਾ ਦੇ ਧਾਰੀਵਾਲ ਨੇੜੇ ਪਿੰਡ ਸੋਹਲ ਵਿਖੇ ਸਥਿਤ ਪਨਸੀਡ ਬੀਜ ਫਾਰਮ ਵਿਖੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਸਮੁੱਚੇ ਪੰਜਾਬ ਅੰਦਰ 70,000 ਕੁਇੰਟਲ ਕਣਕ ਦੇ ਵੱਖ ਵੱਖ ਸੋਧੇ ਹੋਏ ਬੀਜ ਤਿਆਰ ਕਰਕੇ ਪੰਜਾਬ ਸੀਡ ਕਾਰਪੋਰੇਸ਼ਨ ਕਿਸਾਨਾਂ ਨੂੰ ਦੇਵੇਗਾ। ਪੰਜਾਬ ਸੀਡ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਜੀ ਦੇ ਵੱਲੋਂ ਅੱਜ ਵਿਸ਼ੇਸ਼ ਤੌਰ 'ਤੇ ਸੋਹਲ ਪਲਾਂਟ ਵਿਖੇ ਦੌਰਾ ਕੀਤਾ ਗਿਆ ਹੈ। ਸੋ ਚੇਅਰਮੈਨ ਸਾਹਿਬ ਪੰਜਾਬ ਸਮੁੱਚੇ ਪੰਜਾਬ ਵਿੱਚ ਜਿਹੜਾ ਉਹ ਦੌਰੇ ਕਰ ਰਹੇ ਨੇ, ਉਹਨਾਂ ਦਾ ਅੱਜ ਵਿਸ਼ੇਸ਼ ਦੌਰਾ ਸੀਗਾ। ਚੇਅਰਮੈਨ ਸਾਹਿਬ, ਇਹਨਾਂ ਦੌਰਿਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਜੀ, ਗੱਲ ਇਹ ਕਿ ਮੈਂ ਤਕਰੀਬਨ ਪਹਿਲੇ ਕਰਤਾਰਪੁਰ ਗਿਆ, ਲੁਧਿਆਣੇ ਗਿਆ ਹਾਂ, ਅੱਜ ਇੱਥੇ ਸੋਹਲ ਪਲਾਂਟ ਦੇ ਵਿੱਚ ਆਏ ਹਾਂ। ਔਰ ਇੱਥੇ ਸਾਡੇ ਗਰੇਡਿੰਗ ਵਗੈਰਾ ਹੋ ਰਹੀ ਹੈ ਔਰ ਮੈਂ ਇੱਥੇ ਸਾਰਾ ਜਾਇਜ਼ਾ ਲਿੱਤਾ ਹੈ ਔਰ ਮੈਂ ਦੇਖਣਾ ਕਿ ਕਿਸਾਨਾਂ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪ੍ਰਤੀਨਿਧੀ ਨੇ ਕਿ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੰਗਾ ਬੀਜ ਜਿਹੜਾ ਕਿਸਾਨਾਂ ਨੂੰ ਮੁਹੱਈਆ ਕਰਾਈਏ, ਉਹਦੇ ਵਾਸਤੇ ਅਸੀਂ ਇਹ ਉਪਰਾਲੇ ਕਰ ਰਹੇ ਹਾਂ। ਇਹ ਜਿਹੜੀ ਗ੍ਰੇਡਿੰਗ ਕੀਤੀ ਜਾ ਰਹੀ ਹੈ ਕਣਕ ਦੀ ਜਿਹੜੀ ਬੀਜ ਨੂੰ ਲੈ ਕੇ ਕਿ ਅਗੇਤੀ ਜਿਹੜੀ ਜਿਹੜੀ ਇਹ ਆਉਣ ਵਾਲੀ ਫਸਲ ਹੋਏਗੀ ਉਹਦੇ ਬਾਰੇ 'ਚ ਅਸੀਂ ਗ੍ਰੇਡਿੰਗ ਕਰ ਰਹੇ ਹਾਂ। ਉਹ ਸਾਡੇ ਪਲਾਂਟ ਇੱਥੇ ਚੱਲ ਰਹੇ ਨੇ ਔਰ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਰਹਿੰਦੇ ਨੇ। ਬਕਾਇਦਾ ਤੌਰ 'ਤੇ ਅਸੀਂ ਇਹ ਕਿਸਾਨਾਂ ਤੱਕ ਪਹੁੰਚਾਵਾਂਗੇ, ਡੀਲਰਾਂ ਤੱਕ ਪਹੁੰਚਾਵਾਂਗੇ। ਇਹ ਜਿਹੜਾ ਕਿਸਾਨਾਂ ਨੂੰ ਤੁਸੀਂ ਬੀਜ ਦਿੰਦੇ ਜੀ, ਉਹਦੇ 'ਚ ਕਿਸਾਨਾਂ ਲਈ ਕੀ ਰਿਆਇਤਾਂ ਹੁੰਦੀਆਂ ਨੇ ਜੀ? ਦੇਖੋ ਜੀ, ਇਹਦੇ ਵਿੱਚ ਸਿਰਫ ਪਨਸੀਡ ਹੀ ਜਿਹੜੀ ਇਹ ਸਬਸਿਡੀ ਦਿੰਦੀ ਹੈ ਅਸੀਂ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਹੜ੍ਹ ਆਈ ਸੀ ਪੰਜਾਬ ਦੇ ਵਿੱਚ, ਅਸੀਂ ਤਕਰੀਬਨ 25 ਕੁਇੰਟਲ ਮਾਲ ਜਿਹੜਾ ਨਾ 25 ਲੱਖ ਕੁਇੰਟਲ ਦਾ ਮਾਲ ਜਿਹੜਾ ਹੈ ਨਾ ਅਸੀਂ ਮੁਹੱਈਆ ਕਰਾਇਆ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਹਿਣ 'ਤੇ, ਫਰੀ ਆਫ ਕਾਸਟ। ਔਰ ਉਹ ਕਿਸਾਨਾਂ ਨੂੰ ਪਹੁੰਚਿਆ ਔਰ ਕਿਸਾਨਾਂ ਨੇ ਜਿੱਥੋਂ ਤੱਕ ਹੋ ਸਕਿਆ ਅਸੀਂ ਕੀਤਾ ਸੀ ਉਹ ਉਪਰਾਲਾ। ਠੀਕ ਹੈ। ਅਤੇ ਇਹ ਮਤਲਬ ਸਮੁੱਚੇ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਬੀਜ ਦੀ ਜਿਹੜਾ ਵਿਸ਼ੇਸ਼ ਤੌਰ 'ਤੇ ਚੈੱਕ ਕਰ ਰਹੇ ਜੇ ਵੀ ਗ੍ਰੇਡਿੰਗ ਕਿੱਦਾਂ ਦੀ ਹੋ ਰਹੀ ਹੈ ਜਾਂ ਮਿਆਰੀ ਉਹਦਾ ਰੂਪ ਚੈੱਕ ਕਰ ਰਹੇ ਜੇ? ਬਿਲਕੁਲ ਵੇਖ ਰਹੇ ਹਾਂ ਜੀ, ਜਿਹੜਾ ਉਹਦਾ ਵੇਸਟ ਹੁੰਦਾ ਉਹ ਕਿਸਾਨ ਸਾਡੇ ਕੋਲ ਅਲੱਗ ਲੈ ਜਾਂਦੇ ਨੇ ਅਤੇ ਜਿਹੜਾ ਗ੍ਰੇਡਿੰਗ ਵਿੱਚ ਸਹੀ ਮਾਲ ਹੁੰਦਾ ਉਹ ਅਸੀਂ ਲੁਕਣ ਦਿੰਦੇ ਹਾਂ, ਕਿਸਾਨਾਂ ਨੂੰ ਦਿੰਦੇ ਹਾਂ, ਡੀਲਰਸ ਨੂੰ ਦਿੰਦੇ ਹਾਂ। ਔਰ ਮੈਂ ਅੱਜ ਇੱਥੇ ਚੈੱਕ ਕੀਤਾ ਹੈ ਸਾਡੀ ਗ੍ਰੇਡਿੰਗ ਜਿਹੜੀ ਇਹ ਬੜੇ ਅੱਛੇ ਢੰਗ ਦੇ ਨਾਲ ਹੋ ਰਹੀ ਹੈ, ਅੱਛੇ ਢੰਗ ਦੇ ਨਾਲ ਸਾਡੇ ਜਿਹੜੇ ਇੱਥੇ ਦੇ ਕਰਮਚਾਰੀ ਨੇ ਕੰਮ ਕਰ ਰਹੇ ਨੇ। ਧੰਨਵਾਦ ਜੀ। ਅਜੀਤ, ਵੈੱਬ ਟੀ ਵੀ ਲਈ ਸਵਰਨ ਸਿੰਘ ਧਾਰੀਵਾਲ ਤੋਂ।